ਕਦੇ ਦੁਨੀਆ ਨੂੰ ਵੇਖਿਓ ਕਿੱਡਾ ਵੱਡਾ ਸੰਸਾਰ ਹੈ, ਏਡੇ ਵੱਡੇ ਸੰਸਾਰ ਦਾ ਠੇਕੇਦਾਰ ਇੱਕ ਬੰਦਾ ਬਣੀ ਬੈਠਾ। ਉਹ ਕਹਿੰਦਾ ਮੈਂ ਤੈਨੂੰ ਦੱਸਦਾ ਤੇਰੇ ਧੀ ਪੁੱਤ ਸੁਖੀ ਕਿਵੇਂ ਰਹਿਣਗੇ। ਉਹ ਤੂੰ ਉਹਨੂੰ ਕਹਿ ਮੈਂ ਤੇਰੇ ਕੋਲੋਂ ਨੀ ਪੁੱਛਣਾ ਮੇਰੇ ਧੀਆਂ ਪੁੱਤ ਸੁਖੀ ਕਿਵੇਂ ਰਹਿਣਗੇ, ਮੈਂ ਗੁਰੂ ਰਾਮਦਾਸ ਨੂੰ ਪੁੱਛਣਾ ਮੇਰੇ ਧੀ ਪੁੱਤ ਸੁਖੀ ਕਿਵੇਂ ਰਹਿਣਗੇ। ਕਦੇ ਗੁਰੂ ਨੂੰ ਪੁੱਛ ਕੇ ਵੇਖ ਤੈਨੂੰ ਦੱਸੇਗਾ, ਗੁਰੂ ਨੂੰ ਪੁੱਛ ਕੇ ਦੇਖ ਤੈਨੂੰ ਦੱਸੇਗਾ ਤੇਰੇ ਧੀ ਪੁੱਤ ਸੁਖੀ ਕਿਵੇਂ ਰਹਿਣਗੇ। ਬੇਨਤੀ ਕਰਨ ਲੱਗਾ ਸਾਂ, ਲੋਕਾਂ ਦੇ ਕੋਲ ਜਾ ਜਾ ਕੇ ਹੱਥ ਦਿਖਾਉਣ ਵਾਲੇ ਆ, ਲੋਕਾਂ ਦੇ ਕੋਲੋਂ ਟੇਵੇ ਲਵਾਉਣ ਵਾਲੇ ਆ, ਉਦਾਹਰਣ ਦੇਣ ਲੱਗਾ ਸਾਂ, ਮੇਰਾ ਕਿਸੇ ਨਾਲ ਕੋਈ ਵਿਰੋਧ ਨਹੀਂ। ਏਡਾ ਪੜ੍ਹਿਆ ਲਿਖਿਆ ਸਾਨੂੰ ਤਾਂ ਉਹਨੇ ਮੁਲਕਾਂ ਚ ਜਾਣ ਦਾ ਮੌਕਾ ਹੀ ਨਹੀਂ ਮਿਲਿਆ। ਫਿਰ ਵੀ ਸਟਾਰ ਹੈ ਅਮਿਤਾਭ ਬੱਚਨ, ਉਹ ਕਿੰਨੀ ਦੁਨੀਆਂ ਚ ਘੁੰਮਿਆ, ਹਰ ਰੋਜ਼ ਚੰਗੇ ਚੰਗੇ ਲੋਕਾਂ ਨਾਲ ਵਾਸਤਾ ਪੈਂਦਾ। ਤੁਸੀਂ ਹੈਰਾਨ ਹੋਵੋਗੇ, ਉਹ ਆਪਣੇ ਪੁੱਤ ਲਈ ਸ਼ਾਦੀ ਕਰਨ ਲੱਗਾ, ਉਹਨੂੰ ਬ੍ਰਾਹਮਣਾ ਭਰਮ ਪਾ ਦਿੱਤਾ ਭਈ ਤੇਰੇ ਪੁੱਤ ਨੇ ਜ਼ਿੰਦਗੀ ਥੋੜੇ ਦਿਨਾਂ ਦੀ, ਜੇ ਇਹ ਲੜਕੀ ਨਾਲ ਸ਼ਾਦੀ ਹੁੰਦੀ ਹੈ। ਇਹ ਮਾਇਆਧਾਰੀ ਲੋਕ ਨੇ, ਉਹਨੇ ਸੋਚਿਆ ਕੀ ਕਰਾਂ। ਕਹਿਣ ਲੱਗੇ ਤੂੰ ਆਪਣੀ ਨੂੰਹ ਦੀ ਸ਼ਾਦੀ ਪਹਿਲਾਂ ਕਿਸੇ ਦਰਖਤ ਨਾਲ ਕਰ ਦੇ, ਦਰਖਤ ਨਾਲ ਕਰ ਦੇ, ਜੇ ਮੌਤ ਆਏਗੀ ਤੇ ਦਰਖਤ ਨੂੰ ਆਏਗੀ। ਰੱਬ ਨੂੰ ਕਿੱਡਾ ਇਆਣਾ ਜਾਂ ਸਮਝਿਆ ਹੋਇਆ ਭਈ ਇਹ ਲੜਕੀ ਦਾ ਪਤੀ ਦਰਖਤ ਹੈ, ਰੱਬਾ ਜੇ ਮਾਰਨਾ ਹੋਇਆ ਤੂੰ ਦਰਖਤ ਨੂੰ ਮਾਰਨੀ, ਇਹਦਾ ਪਤੀ ਆ ਨਹੀਂ ਹੈ। ਉਹ ਭਲਿਆ ਜਿਹੜਾ ਤੇਰੇ ਜੰਮਣ ਤੋਂ ਵੀ ਪਹਿਲਾਂ ਦੀਆਂ ਗੱਲਾਂ ਜਾਣਦਾ, ਉਹ ਤੇਰੇ ਧੋਖੇ ਵਿੱਚ ਨਹੀਂ ਆ ਸਕਦਾ। ਇਹ ਲੋਕ ਉਹ ਨੇ ਜਿਹੜੇ ਇਹੋ ਜਿਹੇ ਭਰਮ ਪਾਉਂਦੇ ਨੇ। ਯਾਦ ਰੱਖਿਓ ਜੇ ਇਹ ਉਹ ਅਮਿਤਾਭ ਬੱਚਨ ਦੀ ਨੂੰਹ ਦਾ ਰਿਸ਼ਤਾ ਪਹਿਲਾਂ ਇੱਕ ਦਰਖਤ ਨਾਲ ਹੋਇਆ, ਉਹਦਾ ਦਰਖਤ ਨਾਲ ਵਿਆਹ ਹੋਇਆ, ਮਗਰੋਂ ਉਹਦੇ ਬੇਟੇ ਨਾਲ ਹੋਇਆ। ਉਹ ਏਡੀ ਪੜ੍ਹੀ ਲਿਖੀ ਦੁਨੀਆ ਅੰਨੀ ਹੋਈ ਪਈ ਹੈ। ਗੁਰੂ ਕਿਹਾ ਸਿੱਖਾ ਤੂੰ ਆਪਣੇ ਗੁਰੂ ਦਾ ਧੰਨਵਾਦ ਕਰ ਜਿਹਨੇ ਤੈਨੂੰ ਕੱਢ ਲਿਆ ਭਰਮ ਦੀ ਦੁਨੀਆ ਚੋਂ। ਗੁਰੂ ਨੇ ਬਚਨ ਆਖਿਆ ਸਾਹਾ ਗਣੇ ਨਾ ਕਰੇ ਵਿਚਾਰ ਸਾਹੇ ਉੱਪਰ ਇੱਕ ਅੰਕਾਰ। ਤੈਨੂੰ ਸਾਹਾ ਗਣਨ ਦੀ ਲੋੜ ਨਹੀਂ, ਜਿਹਦੇ ਕੋਲ ਇੱਕੋ ਅੰਕਾਰ ਆ ਗਿਆ ਉਹਦੀ ਝੋਲੀ ਸਾਰੇ ਸੁੱਖਾਂ ਨਾਲ ਭਰ ਜਾਣੀ, ਉਹਨੂੰ ਦੁੱਖ ਨਹੀਂ ਕਦੇ ਆਵੇਗਾ।